रूपनगर शहर के नाल लगते थाना सिटी अधीन स्थित पिंड कोटला नहिंग इन्हीं दिनी चोरों का जंक्शन बनया होया है। जी हाँ, पिंड विच लगातार चोरों वालों सोलर स्ट्रीट लाइटां दीयां बैटरियां चोरी कीतियां जा रही हैं अते चोरी का यह सिलसिला लगातार जारी है। वड्डी हैरानी की गल यह है कि चोरों वालों घरां दीयां दीवारां दे अंदर लगाईयां गईयां लाइटां दीयां बैटरियां तक चोरी कर लईयां गईयां हन, जिस नूं लैके पिंड वासी जिथे हैरान ते परेशान हन उत्थे ही अपनी जान माल की सुरक्षा नूं लैके भी चिंतित हन। लगातार हो रही चोरियां संबंधी पहलां भी कई बार पिंड की पंचायत वालों संबंधित थाने नूं शिकायतां कीतियां गईयां अते हुण फिर तो चोरी हुई बैटरियां संबंधी पंचायत वालों दित्ती शिकायत दे बाद थाना सिटी पुलिस मौके ते फिंगरप्रिंट एक्सपर्ट टीम लैके पहुंची। टीम वालों सोलर लाइट दे खंभे तो फिंगरप्रिंट लैके चोरां दी भाल शुरू कर दित्ती है। हुण देखना यह होवेगा कि पुलिस मामले नूं किन्नी को जल्दी सुलझाउंदे होए चोरां नूं काबू करन विच सफल हुंदी है। ਕੀ ਮਾਮਲਾ ਜਿਹੜਾ ਹੈਗਾ ਪੁਲਿਸ ਬੁਲਾਈ ਗਈ ਹੈ ਪਿੰਡ ਦੇ ਵਿੱਚ ਕੀ ਮਾਮਲਾ ਸਾਰੀ ਚੱਲ ਰਿਹਾ? ਮੈਂ ਪਿੰਡ ਕੋਟਲਾ ਨਿਹੰਗ ਤੋਂ ਸਰਪੰਚ ਬੋਲ ਰਹੀ ਹਾਂ। ਸਾਡੇ ਪਿੰਡ ਵਿੱਚ ਬੈਟਰੀ ਚੋਰੀਆਂ ਹੋ ਗਈਆਂ ਸੋਲਰ, ਜਿਹਦੇ ਕਰਕੇ ਕਈ ਪਹਿਲਾਂ ਵੀ ਹੋ ਚੁੱਕੀਆਂ ਸੀ, ਅੱਜ ਰਾਤ ਨੂੰ ਫਿਰ ਸਾਡੀ ਚੋਰੀ ਹੋਈ ਹੈ, ਜਿਸ ਕਰਕੇ ਮੈਂ ਪੁਲਿਸ ਨੂੰ ਬੋਲ ਕੇ ਦੱਸ ਕੇ ਆਈ ਹਾਂ ਅਤੇ ਐਪਲੀਕੇਸ਼ਨਾਂ ਵੀ ਦਿੱਤੀਆਂ ਵੀ ਅੱਜ ਤਾਂ ਫਿਰ ਸਾਨੂੰ ਇਹ ਹੋਇਆ ਵੀ ਅਸੀਂ ਬਰਾਮਦ ਕਰੀਏ। ਬਾਕੀ ਪੁਲਿਸ ਸਿਟੀ ਅਤੇ ਆਪਣੇ ਹੋਰ ਪਿੰਡ ਦੇ ਵੀ ਸਾਰੇ ਪਿੰਡ ਦੇ ਨਗਰ ਵਾਸੀ ਦੇ ਸਰਪੰਚ ਬੈਟਰੀਆਂ ਚੋਰੀ ਹੋ ਚੁੱਕੀ ਹੁਣ ਤੱਕ 42 ਬੈਟਰੀਆਂ ਮੇਰੀਆਂ ਚੱਕ ਹੋ ਗਈਆਂ। 42 ਬੈਟਰੀਆਂ, ਹਾਂਜੀ। ਇਹ ਕਦ ਤੋਂ ਸ਼ੁਰੂ ਹੋਇਆ ਚੋਰੀ ਦਾ ਸਿਲਸਿਲਾ? ਕਦੋਂ ਇਹ ਸਮਝੋ 6 ਮਹੀਨੇ ਪਹਿਲਾਂ ਹੋਈਆਂ ਸੀ ਥੋੜੀਆਂ ਬੈਟਰੀਆਂ, ਹੁਣ ਲਗਾਤਾਰ ਚੱਲ ਰਿਹਾ 20 ਦਿਨ ਤੋਂ। ਵਿੱਚ ਚਰਚਾ ਚੱਲ ਰਹੀ ਵੀ ਜੇ ਤਾਂ ਪਾਣੀ ਬਦਲਿਆ ਉਹ ਤੋਂ ਬਾਅਦ ਚੋਰੀ ਹੋਣੀ ਸ਼ੁਰੂ ਹੋਈ ਆ, ਲੱਟ ਲੁੱਟ ਢਿੱਲੇ ਛੱਡ ਦਿੱਤੇ ਜਾਂਦੇ, ਕੀ ਚੱਕਰ ਹੈ ਇਹ? ਸਾਨੂੰ ਕੋਈ ਨਹੀਂ ਪਤਾ ਕਿ ਉਹਨਾਂ ਨੇ ਨਾਲ ਸਾਡੇ ਕੋਲੋਂ ਪੁੱਛਿਆ ਵੀ ਪਾਣੀ ਪਾਉਣਾ ਅਤੇ ਨਾ ਸਾਡੇ ਨਾਲ ਕੋਈ ਇਹੀ ਜਿਹੀ ਗੱਲ ਕਰੀ ਹੈ, ਪਰ ਇਹ ਸਾਨੂੰ ਇੰਨਾ ਪਤਾ ਲੱਗਿਆ ਵੀ ਪਾਣੀ ਬਦਲਿਆ, ਉਹ ਤੋਂ ਬਾਅਦ ਸਾਡੀਆਂ ਬੈਟਰੀ ਚੋਰੀ ਹੋ ਰਹੀਆਂ। ਸਰ ਕੋਟਲਾ ਨੈਨ ਜਿਹੜੀ ਚੋਰੀਆਂ ਦਾ ਵਾਰਦਾਤਾਂ ਹੋ ਰਹੀਆਂ, ਸ਼ਿਕਾਇਤ ਦਿੱਤੀ ਗਈ ਹੈ, ਕੀ ਇਹਦੇ 'ਚ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜੀ? ਇਹਦੀ ਜਿਹੜੀ ਅੱਜ ਵੀ ਸਾਨੂੰ ਇੱਕ ਸ਼ਿਕਾਇਤ ਮਿਲੀ ਹੈ, ਇੱਕ ਕੱਲ੍ਹ ਪਰਸੋਂ ਪਹਿਲਾਂ ਮਿਲੀ ਸੀ, 2 ਦਿਨ ਪਹਿਲਾਂ। ਅਸੀਂ ਮਤਲਬ ਇਹ ਸ਼ਿਕਾਇਤਾਂ ਦੇ ਪੰਚਾਇਤ ਦੀ ਸ਼ਿਕਾਇਤਾਂ ਦੇ ਆਧਾਰ 'ਤੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ, ਮੌਕੇ ਦੇਖਦੇ ਹਾਂ ਅਤੇ ਫਿੰਗਰਪ੍ਰਿੰਟਸ ਦੀਆਂ ਪਾਰਟੀਆਂ ਵੀ ਬੁਲਾਈਆਂ। ਫਿੰਗਰਪ੍ਰਿੰਟਸ ਦੀ ਰਿਪੋਰਟ ਦੇ ਮੁਤਾਬਕ ਜਿੰਨੀ ਵੀ ਜੋ ਵੀ ਸਾਡੇ ਹੱਥ ਕੋਈ ਲੱਗਿਆ ਅਤੇ ਅਸੀਂ ਉਹ ਪੜਤਾਲ ਕਰਕੇ ਸਾਰਾ ਮਾਮਲਾ ਸਾਹਮਣੇ ਲਿਆ ਕੇ ਆਪਣੀ ਕਾਨੂੰਨੀ ਕਾਰਵਾਈ ਕਰਾਂਗੇ। ਸਰ ਸਿਟੀ ਦੇ ਨਾਲ ਜਿਹੜਾ ਹੈਗਾ ਸ਼ਹਿਰ ਦੇ ਨਾਲ ਪੈਂਦਾ ਕੋਟਲਾ ਨੇ, ਲਗਾਤਾਰ 42 ਬੈਟਰੀਆਂ ਚੋਰੀ ਹੋ ਗਈਆਂ, ਰੋਜ਼ਾਨਾ ਚੋਰੀ ਹੋ ਰਹੀ ਹੈ। ਪਹਿਲਾਂ 6 ਮਹੀਨੇ ਪਹਿਲਾਂ ਦਾ ਮਾਮਲਾ ਸੀ, ਉਹਦੇ ਬਾਰੇ ਮੈਂ ਇੱਥੇ ਹੈ ਨਹੀਂ ਸੀ, ਮੈਂ ਹੁਣੇ ਇੱਥੇ ਨਵਾਂ ਹੀ ਆਇਆ ਹੈਗਾ ਉਹਦੇ ਆਧਾਰ 'ਤੇ ਜੋ ਵੀ ਹੁਣ ਮੈਨੂੰ ਜੋ ਸ਼ਿਕਾਇਤਾਂ ਮਿਲੀਆਂ ਮੈਂ ਪੰਚਾਇਤ ਨੂੰ ਨਾਲ ਲੈ ਕੇ ਮੌਕੇ ਦੇਖੇ ਹੈਗੇ। ਅਤੇ ਕਿਸੇ 'ਤੇ ਸ਼ੱਕ ਵੀ ਜ਼ਾਹਰ ਕਰਿਆ ਪਿੰਡ ਦੇ ਕਿਸੇ ਵਿਅਕਤੀ ਨੇ? ਇਹਨਾਂ ਨੇ 1-2 ਬੰਦਿਆਂ ਦੇ ਦਰਖਾਸਤ ਵਿੱਚ ਨਾਂ ਲਿਖਾਏ ਆ ਅਤੇ ਉਹ ਬੰਦੇ ਸਾਨੂੰ ਮਿਲੇ ਨਹੀਂ, ਮੈਂ ਉਹਨਾਂ ਨੂੰ ਫੋਨ 'ਤੇ ਰਾਬਤਾ ਕੀਤਾ, ਉਹ ਅੱਜ ਬੁਲਾਏ ਹੋਏ ਆ। ਜੇਕਰ ਉਹ ਬੰਦਾ ਅੱਜ ਟਾਈਮ 'ਤੇ ਆ ਜਾਂਦਾ ਤਾਂ ਅਸੀਂ ਪੜਤਾਲ ਸਾਹਮਣੇ ਲਿਆ ਕਰਕੇ ਜੋ ਵੀ ਮਾਮਲਾ ਆਊਗਾ ਉਹ ਸਾਹਮਣੇ ਦੱਸਾਂਗੇ ਪਿਆ ਮਾਮਲਾ ਹੈਗਾ, ਫਿਰ ਉਹਦੇ ਆਧਾਰ 'ਤੇ ਕਾਰਵਾਈ ਅਗਲੀ ਕਾਰਵਾਈ ਕੀਤੀ ਜਾਊ। ਅਤੇ ਆ ਜਿਹੜੀ ਚੋਰੀ ਦੀ ਜਿਹੜੀਆਂ ਹੈਗੀਆਂ ਹੋਈਆਂ, ਇਹਦੀ FIR ਹੋ ਗਈ ਹੈ ਚੋਰੀ ਦੀ? ਨਹੀਂ, ਹਾਲੇ ਨਹੀਂ ਹੋਈ ਜੀ, ਹਾਲੇ ਤਾਂ ਪੜਤਾਲ ਚੱਲ ਰਹੀ ਹੈ। ਰੂਪਨਗਰ ਤੋਂ ਸੱਜਣ ਸੈਣੀ ਦੀ ਵਿਸ਼ੇਸ਼ ਰਿਪੋਰਟ, ਪਹਿਰੇਦਾਰ TV।